मैं चूज करके ना ते फिर ही आई हां ਮੈਨੂੰ ਆਉਣ ਲੱਗਿਆ ਥੋੜੀ ਜਿਹੀ ਪ੍ਰੋਬਲਮ ਹੋਈ ਮੈਨੂੰ ਮਿਲ ਨਹੀਂ ਹੋਇਆ ਰਕਸ਼ੇ ਵਾਲਾ ਕਿਤੇ ਹੋਰ ਲੈ ਗਿਆ ਤੈਨੂੰ ਨਹੀਂ ਇਹ ਗੱਲ ਨਹੀਂ ਹੈ ਮੈਂ ਜਿਹੜਾ ਮਰਜ਼ੀ ਲੈ ਲਓ ਤੁਸੀਂ ਅਗਰ ਤੁਸੀਂ ਦੁਪੱਟਾ ਨਾ ਲਿਆ ਹਾਂ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਮੇਰੇ ਤੋਂ ਬੁਰਾ ਤੂੰ ਘਰ ਵਾਲਾ ਮੇਰਾ ਵੀ ਐਡਾ ਮੇਰੇ ਤੇ ਰੋਹ ਪਾਉਣ ਡਿਆ ਵੀ ਦੁਪੱਟਾ ਲੈ ਤੇਰਾ ਜੀਠ ਆ ਰਿਹਾ ਘੜੀ ਜੀ ਦੁਪੱਟਾ ਸ਼ਫੂਨ ਦਾ ਵਾ ਹਾਂ ਸ਼ਫੂਨ ਇਹ ਮੀਆਂ ਦਾ ਦਾ ਸ਼ਫੂਨ ਦਾ ਉਹ ਬ੍ਰਾਂਡ ਮੀਆਂ ਦਾ ਆ ਮੈਂ ਦੁਪੱਟੇ ਦੇ ਸਾਡੇ ਕੋਲ ਜੀ ਅੱਜ ਸਕਿਨ ਬ੍ਰੀਥਿੰਗ ਕਰੀਮ ਤੇ ਮੇਰੇ ਕੋਲ ਆ ਜੀ ਦਰਦ ਕੁਸ਼ਾ ਯਾਨੀ ਕਿ ਇਹ ਚੀਜ਼ ਜਿੱਥੇ ਵੀ ਕੋਈ ਪੇਨ ਵਗੈਰਾ ਹੋਵੇ ਤੇ ਹਲਕੀ ਜੀ ਤੁਸੀਂ ਮਾਲਿਸ਼ ਕਰਨੀ ਆ ਤੇ ਇਹਦੇ ਨਾਲ ਫਰਚਿਲਤਨ ਪਿਓਰ ਦੀਆਂ ਹਰਬਲ ਚੀਜ਼ਾਂ ਵਾ ਤੇ ਕਾਫੀ ਇਫੈਕਟਿਵ ਸਾਬਤ ਹੋ ਰਹੀਆਂ ਵਾ ਹਾਂਜੀ ਤੁਸੀਂ ਵੀ ਦੱਸੋ ਕੁਛ ਸਾਡੇ ਕੋਲ ਸਕਿਨ ਬ੍ਰੀਥਿੰਗ ਕਰੀਮ ਤੁਸੀਂ ਜਾਨੀ ਨਾ ਰੰਗ ਵੇਖੋ ਮਾਸ਼ਾਅੱਲਾ ਬਹੁਤ ਪਿਆਰਾ ਹੈ ਤੇ ਲਾਣਗੇ ਤੇ ਹੋਰ ਪਿਆਰਾ ਹੋ ਜਾਏਗਾ ਤੇ ਤੁਸੀਂ ਇਸਤੇਮਾਲ ਕਰੋ ਸਕਿਨ ਬ੍ਰੀਥਿੰਗ ਕਰੀਮ ਸਾਰੇ ਕਹਿੰਦੇ ਨੇ ਬੇਲਾ ਟੀਵੀ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅੱਗੇ ਤੁਸੀਂ ਹੌਸਲਾ ਕਰ ਲੈ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹ ਲਬੇਲਾ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇ ਲਾਏ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਪਾਰ ਅਲਬੇ ਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਮੀਆਂ ਦਾਦ ਬ੍ਰਾਂਡ ਤੇ ਇਹੀ ਦੇਖਿਆ ਸੀ ਮੈਂ ਲੱਗਦਾ ਇਹੀ ਆ ਮੈਨ ਵੂਮੈਨ ਕਿਡਸ ਅੱਛਾ ਬੱਚਿਆਂ ਦੇ ਵੀ ਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਹਾਂਜੀ ਸੂਟ ਦੇਖ ਰਹੇ ਸੀ ਕੁਛ ਲੇਡੀਜ਼ ਤੇ ਕੁਛ ਜੈਂਟਸ ਸਾਰੇ ਹੀ ਆ ਸਾਡੇ ਕੋਲ ਜੀ ਇਹ ਲੇਡੀਜ਼ ਹੁਣ ਅਸੀਂ ਸ਼ੁਰੂ ਕੀਤਾ ਕੰਮ ਮੀਆਂ ਦਾਦ ਫੈਬਰਿਕਸ ਹਾਂ ਮੈਂ ਦੇਖਿਆ ਔਨਲਾਈਨ ਨਾ ਮੈਂ ਸਾਰੇ ਡਿਜ਼ਾਈਨ ਜਿਹੜੇ ਆ ਉਹ ਮੈਂ ਚੂਜ਼ ਕਰਕੇ ਨਾ ਤੇ ਫਿਰ ਹੀ ਆਈ ਹਾਂ ਮੈਨੂੰ ਆਉਣ ਲੱਗਿਆ ਥੋੜ੍ਹੀ ਜਿਹੀ ਪ੍ਰੋਬਲਮ ਹੋਈ ਮੈਨੂੰ ਮਿਲ ਨਹੀਂ ਹੋਇਆ ਰਕਸ਼ੇ ਵਾਲਾ ਕਿਤੇ ਹੋਰ ਲੈ ਗਿਆ ਤੈਨੂੰ ਨਹੀਂ ਇਹ ਗੱਲ ਨਹੀਂ ਹੈ ਮੈਂ ਤੁਰੀ ਹਾਂ ਨਾ ਤੇ ਲੋਕੇਸ਼ਨ ਜਿਹੜੀ ਸੀ ਉਹ ਮੈਨੂੰ ਟਰੇਸ ਨਹੀਂ ਸੀ ਹੋ ਰਹੀ ਨਾ ਲੋਕੇਸ਼ਨ ਤਾਂ ਬਿਲਕੁਲ ਸਾਡੀ ਆ ਭੱਠਾ ਚੌਂਕ ਦੇ ਨਾਲ ਐਡਾ ਵੱਡਾ ਪਲਾਜ਼ਾ ਵਾ ਇਹ ਤੇ ਜਿਹਨੂੰ ਮਰਜ਼ੀ ਪੁੱਛ ਨਹੀਂ ਮੈਂ ਭੱਠਾ ਚੌਂਕ ਖਲੋਤੀ ਰਹੀ ਹਾਂ ਕਿੰਨੀ ਤੇਰਾ ਆਪਣਾ ਭੱਠਾ ਬੈਠਾ ਤੇ ਤੂੰ ਭੱਠਾ ਚੌਂਕ ਕਿਉਂ ਬੈਠੀ ਰਹੀ ਨਹੀਂ ਉਹ ਮੈਂ ਵੇਟ ਕਰਦੀ ਰਹੀ ਹਾਂ ਮੈਂ ਵੀ ਕਿਹੜਾ ਬ੍ਰਾਂਡ ਆ ਜਿਹੜਾ ਹੈ ਸੀ ਨਾ ਮੇਰਾ ਮੋਬਾਈਲ ਉਹਦੀ ਬੈਟਰੀ ਡਾਊਨ ਸੀ ਮੈਂ ਫਿਰ ਹੁਣ ਮੈਂ ਦੱਸ ਮੈਂ ਕੀ ਕਰਾਂ ਮੈਂ ਕਿੰਨਿਆਂ ਦੇ ਕੋਲੋਂ ਪੁੱਛਿਆ ਤੁਸੀਂ ਦਿਓ ਵੇਖ ਲਓ ਸੂਟ ਆਪਣੇ ਬਹੁਤ ਅੱਛੇ ਨੇ ਸਾਡੇ ਕੋਲ ਤੇ ਮੋਬਾਈਲ ਦਿਓ ਇੱਥੇ ਚਾਰਜਿੰਗ ਤੇ ਲਾ ਦਈਏ ਨਹੀਂ ਮੈਂ ਇਦਾਂ ਹੁਣ ਆਪਣਾ ਪਰਸਨਲ ਮੋਬਾਈਲ ਤੁਹਾਨੂੰ ਕਿੱਦਾਂ ਦੇ ਦਾਂ ਚਾਰਜ ਲਾਉਣ ਵਾਸਤੇ ਪਰਸਨਲ ਤੇਰੀ ਕਿਹੜਾ ਜੌਬ ਐਡ ਨਾਲ ਗੱਲ ਹੁੰਦੀ ਰੋਜ਼ ਵੀ ਪਰਸਨਲ ਨਹੀਂ ਹੁੰਦੀ ਆ ਹਰ ਲੇਡੀਜ਼ ਦੀ ਕੋ ਆਪਣੀ ਸੀਕ੍ਰੇਸੀ ਵੀ ਹੁੰਦੀ ਆ ਨਾ ਹੁੰਦੀ ਆ ਤੁਸੀਂ ਮੁੜ ਕੇ ਮੇਰੇ ਸਾਰੇ ਨੰਬਰ ਸਕੈਨ ਕਰ ਲੇਡੀਜ਼ ਦੀ ਹੁੰਦੀ ਨਾ ਲੇਡੀਜ਼ ਦੀ ਨਹੀਂ ਲੇਡੀਜ਼ ਹੀ ਆ ਮੈਨੂੰ ਕੀ ਆ ਮੈਂ ਚਲੋ ਕੋਈ ਐਸੀ ਗੱਲ ਨਹੀਂ ਨਾ ਦਿਓ ਤੁਸੀਂ ਦੇਖ ਲਓ ਇਹ ਸਾਡੇ ਕੋਲ ਸਿਲੇ ਸਿਲਾਏ ਵੀ ਹੈਗੇ ਸੂਟ ਈਦ ਦੀ ਕਲੈਕਸ਼ਨ ਆਈ ਹੈ ਨਵੀਂ ਬਹੁਤ ਅੱਛੇ ਕਲਰ ਆ ਸਾਡੇ ਨਹੀਂ ਮੈਂ ਮੀਆਂ ਦਾਦ ਦਾ ਬ੍ਰਾਂਡ ਜਿਹੜਾ ਨਵਾਂ ਲਾਂਚ ਹੋਇਆ ਨਾ ਇਹ ਉਹੀ ਆ ਜੀ ਉਹੀ ਆ ਹਾਂਜੀ ਹਾਂ ਮੈਂ ਦੇਖਿਆ ਵਾ ਜੈਂਟਸ ਵੀ ਸੂਟ ਵੀ ਤੇ ਇਹਨਾਂ ਦੇ ਅੱਗੇ ਲੇਡੀਜ਼ ਹੁਣ ਨਵਾਂ ਨਵਾਂ ਸ਼ੁਰੂ ਕੀਤਾ ਇਹਨਾਂ ਨੇ ਸ਼ੁਰੂ ਕੀਤਾ ਮੈਂ ਔਰ ਨਵੇਂ ਡਿਜ਼ਾਈਨ ਨੇ ਸਾਰੇ ਤੇ ਤੁਸੀਂ ਦੇਖ ਲਓ ਆ ਜਾਓ ਇਹ ਦੇਖ ਲਓ ਹਮਾਦ ਦਿਖਾਇਆ ਚੈੱਕ ਕਰਾ ਆਪਕੋ ਸ਼ਫੂਨ ਦੁਪੱਟੇ ਸੇ ਚਾਹੀਏ ਲੌਂਗ ਦੁਪੱਟੇ ਸੇ ਚਾਹੀਏ ਨਹੀਂ ਲੌਂਗ ਚਾਹੀਦਾ ਦੁਪੱਟਾ ਨਾ ਪਰਦਾਦਾਰ ਹੁੰਦੀਆਂ ਬੁੜੀਆਂ ਫਿਰ ਨਾ ਜ਼ਰਾ ਨਕਾਬ ਵੀ ਅੱਜ ਕੱਲ੍ਹ ਨਹੀਂ ਗਰਮੀਆਂ 'ਚ ਕਾਹਦੇ ਲਈ ਨਕਾਬ ਕਰਨਾ ਤੂੰ ਡਾਕੇ ਮਾਰਨ ਜਾਣਾ ਨਕਾਬ ਕਰਨਾ ਨਹੀਂ ਲੜਕੀਆਂ ਤੁਹਾਨੂੰ ਪਤਾ ਵਾ ਕਿ ਗਲੋਬਲ ਦੁਨੀਆ ਵਾ ਕੋਈ ਐਸੀ ਗੱਲ ਨਹੀਂ ਹੈਗੀ ਨਹੀਂ ਗਲੋਬਲ ਦੁਨੀਆ ਤੇ ਹੈ ਵਾ ਦੇ ਨਾਲ ਹੀ ਚੱਲਣਾ ਨਾ ਲੇਕਿਨ ਔਰਤ ਦਾ ਹਿਜਾਬ 'ਚ ਰਹਿਣਾ ਜ਼ਿਆਦਾ ਖੂਬਸੂਰਤੀ ਆ ਉਂਝ ਤਾਂ ਚਲੋ ਮੈਂ ਹੈ ਹੀ ਆ ਤੁਸੀਂ ਉਹ ਦੁਪੱਟਾ ਲੇਡੀਜ਼ ਨੂੰ ਦੇ ਦੇਣਾ ਨਾ ਫਿਰ ਆ ਦੇਖ ਲਓ ਤੁਸੀਂ ਪਸੰਦ ਕਰਨਾ ਸੀ ਫਰੈਸ਼ ਤੁਹਾਨੂੰ ਉੱਥੋਂ ਕੱਢ ਕੇ ਦੇ ਦੇਣਾ
ट्राई कराओ ना, मैं जरा देखा भी मैं कैसी मेरी मॉडल लुक आ रही है कि नहीं। नहीं मॉडल हो तुसी माशाल्लाह, 76 मॉडल नहीं होता। दुपट्टा कढ के दिखाओ जी हमाद साहब। नहीं दुपट्टा कढ़ ले मतलब को तुसी। नहीं मैं दुपट्टे दा बहुत शौक है। मैं कहनी हां औरतां हुंदियां ना ओ दुपट्टा चंगा होवे ते फेर ही सूट लेंदियां। हां दुपट्टा देख लो तुसी, आ देख लो। अज कल लॉन दे विच एही दुपट्टे चल रहे हैं, आ देख लो। देखो चलो हुण देखदे की आ, धी भैण दा सिर कजो अपना दवो दुपट्टा मेरे सिर ते। सिर कजो को तू बल्ला माफी दा, कित्थों आई आ तू, तेरा सिर कज दई है। नहीं मैं सिर ते धुप पै रही तेरे। मियां दा फैब्रिक है, फैब्रिक सा ते तुहानूं पता है कि नवे नवे आए ने डिजाइन हजे। हाँ लोग ना कॉपी भी कर लेंदे आ, ਇਹ ਉਹ ਚੀਜ਼ ਨਹੀਂ ਹੈਗੀ, ਸਾਡੇ ਆਪਣੇ ਡਿਜ਼ਾਈਨ ਆ ਸਾਰੇ। ਕਿੱਥੇ ਆ ਸ਼ੀਸ਼ਾ ਕੋਈ, ਮੈਂ ਆਪਣੀ ਲੁੱਕ ਤੇ ਦੇਖਾਂ। ਸ਼ੀਸ਼ਾ ਵੀ ਦੇਖਣਾ ਹੁੰਦਾ, ਨਾ ਦੇਖ ਡਰ ਜਾਏਗੀ। ਕੀ ਅੱਲਾ ਮਾਫ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਮੈਰਾ। ਸਹੀ ਨਾਂ? ਸਹੀ ਨਾਂ ਕੀ ਹੁੰਦਾ ਵੀ, ਔਰਤਾਂ ਦਾ ਇੱਕ ਹੀ ਨਾਂ ਹੁੰਦਾ ਵਾ, ਸਮੈਰਾ ਹੀ ਹੁੰਦਾ। ਹਾਂ ਸਮੈਰਾ ਜੀ ਆ ਲੱਗਾ ਜੀ। ਆ ਦੇਖ ਲਓ, ਠੀਕ ਲੱਗ ਰਿਹਾ ਤੁਸੀਂ? ਐਵੇਂ ਜ਼ਰਾ ਇਸ ਤਰ੍ਹਾਂ ਕਰਕੇ ਨਾ, ਤੁਸੀਂ ਕਿਤੇ ਪਹਿਲੇ ਮਿਲ ਪੈਂਦੇ ਨਾ ਤੇ ਅਸੀਂ ਮਾਡਲਿੰਗ ਤੁਹਾਡੇ ਕੋਲ ਕਰਾਉਣੀ ਸੀਗੀ। ਹਾਂ ਮੈਂ ਮਾਡਲਿੰਗ ਵੀ ਕਰ, ਅਗਲੇ ਸਾਲ ਸਾਡੇ ਨਵੇਂ ਡਿਜ਼ਾਈਨ ਆਉਣੇ ਜਾਂ ਸਰਦੀਆਂ ਵਾਲੇ ਆਉਣਗੇ, ਤੁਸੀਂ ਆਪਣਾ ਨੰਬਰ ਦੇ ਜਾਣਾ, ਤੁਹਾਡੇ ਕੋਲ ਕਰਾਵਾਂਗੇ ਮਾਡਲਿੰਗ। ਐਲਕੀ ਕਰ ਲੈਂਦੀ ਹਾਂ ਮਾਡਲਿੰਗ, ਕਿਹੜਾ ਕੋਈ। ਲੇਕਿਨ ਹੈਲਮਟ ਪਾ ਕੇ ਤੁਹਾਨੂੰ ਕਰਨੀ ਪੈਣੀ ਮਾਡਲਿੰਗ। ਕੀ ਹੋਇਆ ਅੱਲਾ, ਅਸੀਂ ਵੇਚਣੇ ਵੀ ਆ। ਹੈਲਮਟ ਪਾ ਕੇ ਕਿਉਂ ਹੈ ਜੀ? ਨਹੀਂ ਵੇਚਣੇ ਆ ਤੇ ਮੇਰੇ ਮਾਡਲਿੰਗ ਕੀਤੇ ਆ ਵੀ ਤੁਹਾਡੀ ਨਾ ਅੱਗੇ ਇਹ ਪ੍ਰੋਡਕਸ਼ਨ ਹੋਊਗੀ। ਨਹੀਂ ਪ੍ਰੋਡਕਸ਼ਨ ਤੇ ਅੱਲਾ ਦਾ ਸ਼ੁਕਰ ਆ, ਪਹਿਲੇ ਸਾਡਾ ਜੈਂਟਸ ਕੰਮ ਸੀ ਬਹੁਤ ਜ਼ਿਆਦਾ ਹੈ, ਹੁਣ ਹਾਲੀ ਜਿਹੜਾ ਐਲ ਈ ਡੀਜ਼ ਫੈਬਰਿਕਸ ਇਹ ਸ਼ੁਰੂ ਕੀਤਾ ਲਾਉਣ। ਅੱਛਾ ਜੀ ਲਾਉਣ ਦਾ ਸ਼ੁਰੂ ਕੀਤਾ। ਇਹ ਦੇਖ ਲਓ ਇਹ ਸਿਲੇ ਸਿਲਾਏ ਆ ਸਾਰੇ, ਕਲਰ ਸਾਰੇ ਹੀ ਤੁਹਾਨੂੰ ਸੂਟ ਕਰਨਗੇ, ਇੱਕ ਇੱਕ ਲੈ ਲਓ। ਮੈਂ ਕਹਿੰਦਾ ਤੁਹਾਡੇ ਅੱਗੋ ਈਦ ਤੋਂ ਬਾਅਦ ਫੰਕਸ਼ਨ ਵੀ ਤੇ ਬਹੁਤ ਹੋਣੇ ਆ ਤੇ ਇਹਨਾਂ ਦੇ ਨਾਲ ਦੁਪੱਟਾ ਹੈ ਵਾ। ਹਾਂਜੀ ਦੁਪੱਟਾ ਹੈ ਵਾ। ਹਮਾਦ ਉਰੇ ਆ ਜਾ, ਕੋਈ ਦੱਸ ਦੇ, ਕੋਈ ਕਨਵੇ ਕਰ ਦੇ ਮੈਨੂੰ ਮਾੜਾ ਜਾ, ਤੂੰ ਤਾਂ ਪਰੇ ਹੀ ਹੋਈ ਜਾਣਾ। ਇਹ 2 ਪੀਸ ਹੀ ਹੁੰਦਾ ਜੀ, ਇਹਦੇ ਨਾਲ ਨਹੀਂ ਹੁੰਦਾ। ਨਹੀਂ ਹਾਂ ਇਹ ਔਰਤ ਦਾ ਹਿਜਾਬ ਕਿੱਥੇ ਜਾਊਗਾ ਹੈ? ਔਰ ਦੁਪੱਟਾ ਅਸੀਂ ਦੇ ਦਿਆਂਗੇ, ਆਪਣੇ ਵੱਲੋਂ ਦੇ ਦਿਆਂਗੇ। ਅਗਰ ਤੁਸੀਂ ਲਾਇਆ ਨਾ, ਮੈਚਿੰਗ ਨਾ ਹੋਈ ਤਾਂ ਫੇਰ ਕੀ ਫਾਇਦਾ? ਕੋਈ ਮੈਚਿੰਗ ਹੋਵੇ, ਮੈਚਿੰਗ ਇਹਦੇ ਨਾਲ ਜਿਹੜੀ ਮਰਜ਼ੀ ਕਰ ਲਓ। ਹੁਣ ਤੇ ਮਤਲਬ ਮੈਚਿੰਗ ਦੇ ਨਾਲ ਕੋਈ ਐਡਾ ਰੌਲਾ ਨਹੀਂ। ਇਹਦੇ ਨਾਲ ਇਹ ਮਹਿਰੂਮਡ ਵੀ ਚੱਲ ਜਾਏਗਾ, ਆਫ ਵਾਈਟ ਚੱਲ ਜਾਏਗਾ, ਦੁਪੱਟਾ ਜਿਹੜਾ ਮਰਜ਼ੀ ਲੈ ਲਓ ਤੁਸੀਂ। ਅਗਰ ਤੁਸੀਂ ਦੁਪੱਟਾ ਨਾ ਲਿਆ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਮੇਰੇ ਤੋਂ ਬੁਰਾ ਤੂੰ ਘਰ ਵਾਲਾ ਮੇਰਾ ਵੀ, ਐਡਾ ਮੇਰੇ ਤੇ ਰੋਹ ਪਾਉਣ ਡਿਆ ਵੀ ਦੁਪੱਟਾ ਲੈ ਤੇਰਾ ਗੇਟ ਆ ਰਿਹਾ। ਘੜੀ ਘੜੀ ਦੁਪੱਟਾ ਦੁਪੱਟਾ ਕਹੀ ਜਾਂਦੇ, ਤੂੰ ਤੇ ਇਹ ਕਹਿੰਦੀ ਜੋ ਗਾਣਾ ਸੁਣ ਲਿਆ, ਇਹਨੂੰ ਨੇ ਜੀਨੇ ਨੇ ਲਾ ਦੁਪੱਟਾ ਮੇਰਾ। ਗਾਣਾ ਸੁਣਿਆ ਤੁਸੀਂ? ਮੈਂ ਨਹੀਂ ਸੁਣਦੀ ਗਾਣੇ ਗੁਣੇ, ਮੈਂ ਹੈ ਪ੍ਰੋਗਰਾਮ ਹੀ ਕਰਦੀ ਹਾਂ ਬਸ। ਐ ਜਰਾ ਦੇਖੋ ਖਾਂ, ਚਾਹਤ ਬਲੋਚ ਤੁਹਾਨੂੰ ਜਾਣਦਾ ਜੀ? ਲਓ ਅੱਲਾ ਮਾਫੀ ਦੇਵੇ, ਗੁਰੂਆਂ ਚ ਸਾਡੇ ਚਾਹਤ ਬਲੋਚ ਵੀ ਮਹਿਕ ਵਾਲੇ ਵੀ ਸੂਟ ਉਹਨੂੰ ਵੀ ਗਿਫਟ ਕਰਨਾ, ਮੀਆਂ ਦਾਦ ਦਾ ਸੂਟ ਹੈ ਉਹ ਵੀ। ਪਹਿਲਾਂ ਮੈਂ ਆਪ ਤਾਂ ਲੈ ਲਾਂ, ਅੱਲਾ ਮਾਫੀ ਦੇਵੇ ਵੀ ਗੁਰੂਆਂ ਨੂੰ ਵੀ ਕਰ ਦਾਂਗੇ, ਨਾਲੇ ਗੁਰੂਆਂ ਦਾ ਹੱਕ ਹੁੰਦਾ ਆਪਣੇ ਚੇਲਿਆਂ ਨੂੰ ਦੇਣਾ। ਹੈਂ ਹੈਂ ਮੈਂ ਸੁਮੈਰਾ ਵਾਂ, ਚੇਲਿਆਂ ਦਾ ਕੋਈ ਨਹੀਂ, ਤੂੰ ਕਮਾਉਣੀ ਆ ਤੂੰ ਜੇ ਆਪਣੇ ਗੁਰੂ ਨੂੰ, ਗੁਰੂ ਖੁਸ਼ ਹੋਏਗਾ। ਆ ਵੈਸੇ ਕੈਸਾ ਲੱਗ ਰਿਹਾ, ਮੀਹਾ ਬਲੋਚ ਤੇ ਆਪ ਬੜੇ ਪੈਸੇ ਕਮਾਉਂਦੀ ਆ। ਆ ਚਾਹਤ ਬਲੋਚ ਤੁਸੀਂ ਉਹਦੇ ਨਾਲ ਨਹੀਂ ਹੁੰਦੇ ਚੁਕਨਾਈਜ਼ਰ? ਚੁਕਨਾਈਜ਼ਰ ਨਹੀਂ ਕਹੀਦਾ, ਇੱਕ ਅਸਿਸਟੈਂਟ ਹੁੰਦਾ ਵਾ, ਹਰ ਗੁਰੂ ਦਾ ਇੱਕ ਚੇਲਾ ਹੁੰਦਾ ਨਾਲ। ਹਾਂਜੀ ਇਹ ਦੇਖ ਲਓ, ਇਹ ਵੀ ਕਲਰ ਅੱਛਾ ਹੈ, ਇਹ 2 ਪੀਸ ਆਏ ਵੀ। ਕਲਰ ਤਾਂ ਸਾਰੇ ਮਾਸ਼ਾਅੱਲਾ ਡੀਸੈਂਟ ਆ, ਲੈ ਲਓ ਇੱਕ ਇੱਕ। ਹਾਂਜੀ ਇੱਕ ਇੱਕ ਕਰਾ ਲਓ ਤੁਸੀਂ। ਨਹੀਂ ਮੈਨੂੰ ਕੋਈ ਨਾ ਲੱਗਦਾ, ਮੈਂ ਕਹਿੰਦਾ ਨਾ ਕੋਈ ਭੜਕੀਲਾ ਜਿਹਾ ਹੋਵੇ ਨਾ ਜਿਹੜਾ ਫੰਕਸ਼ਨ ਦੇ ਵਿੱਚ ਕੰਮ ਆਵੇ। ਪਾ ਕੇ ਜਿੰਨੇ ਮਰਜ਼ੀ ਭੜਕੀਲੇ ਕਰੀ ਜਾਏ ਤੇ ਕੋਈ ਹੋਰ ਦੇਖ ਲਓ। ਇਹ ਵੀ ਅੱਛਾ ਕਲਰ ਆ, ਇਹ ਦੇਖੋ ਮਤਲਬ ਇਹ ਡਿਜ਼ਾਈਨ ਤੁਹਾਨੂੰ ਕਿਤੇ ਵੀ ਨਹੀਂ ਲੱਭਣੇ। ਨਹੀਂ ਉਹ ਤਾਂ ਜ਼ਾਰੀ ਬਾਤ ਆ ਵੀ ਤੁਹਾਡਾ ਮੀਆਂ ਦਾਦ ਬ੍ਰਾਂਡ ਆ, ਲੇਡੀਜ਼ ਤੁਸੀਂ ਲਾਂਚ ਕੀਤਾ ਨਵਾਂ ਤੇ ਤੁਹਾਡੇ ਡਿਜ਼ਾਈਨ ਵੀ ਜ਼ਾਰੀ ਬਾਤ ਆ ਆਪਣੇ ਹੀ ਹੁੰਦੇ ਆ। ਹਾਂਜੀ ਹਾਂਜੀ ਹਾਂ ਤੇ ਪ੍ਰਾਈਜ਼ ਵੀ ਮੁਨਾਸਬ ਹੈਗੇ ਨੇ। ਪ੍ਰਾਈਸ ਵੀ ਮੁਨਾਸਬ ਆ? ਹਾਂਜੀ ਹਾਂਜੀ। ਨਹੀਂ ਕੁਆਲਿਟੀ ਦਾ ਹੁਣ ਮੈਨੂੰ ਕੀ ਪਤਾ ਵੀ ਤੁਹਾਡਾ ਕੁਆਲਿਟੀ, ਅਗਰ ਸ਼ਲਿੰਗ ਹੋ ਜਾਵੇ, ਕੋਈ ਬੁਰ ਆ ਜਾਵੇ, ਕੋਈ ਐਸੀ ਗੱਲ ਹੋਵੇ, ਇੱਥੇ ਦੇ ਕੇ ਤੇ ਤੁਸੀਂ ਨਵਾਂ ਸੂਟ ਲੈ ਜਾਣਾ।
ਭਾਵੇਂ 5 ਸਾਲਾਂ ਬਾਅਦ ਆਵੇ ਬੁਰ ਹੈ ਯਾਨੀ ਕਿ ਮੈਂ ਵਾਪਸ ਤੈਨੂੰ ਪਤਾ ਕਿ ਤੂੰ 5 ਸਾਲ ਜੀਣਾ ਨਹੀਂ ਤੂੰ ਪਹਿਲਾਂ ਮਾਰ ਲਾ ਮੈਨੂੰ ਡੈਥ ਕਰਾ ਲਾ ਮੇਰੀ ਮੈਂ 6 ਮਹੀਨੇ ਵੀ ਨਾ ਕੱਢਾਂ ਸੂਟ ਦੇ ਨਾਲ ਸਾਡੀ ਗਰੰਟੀ ਕੋਈ ਨਹੀਂ ਸਗੋ ਅਸੀਂ ਗਰੰਟੀ ਦੇ ਰਹੇ ਆ ਸੂਟਾਂ ਦੀ ਵੀ ਸੂਟਾਂ ਦੀ ਤਾਂ ਦੇ ਰਹੇ ਆ ਤੇ ਇਹਦੇ ਚ ਕੋ ਹੋਰ ਡਿਜ਼ਾਈਨ ਵੀ ਹੈ ਤੁਹਾਡੇ ਕੋਲ ਹਾਂਜੀ ਉਹ ਵੀ ਹੈਗੇ ਆ ਉਹ ਵੀ ਹਮਾ ਦੋ ਦਿਖਾ ਦਿਓ ਆ ਲਾਓ ਤੁਸੀਂ ਇਹਨੂੰ ਦਿਖਾਓ ਜ਼ਰਾ ਮੈਂ ਲਾ ਆ ਦੇਖ ਲਓ ਨਹੀਂ ਸੌਫਟ ਕਲਰ ਆ ਮੈਂ ਕਹਿੰਦੀ ਹਾਂ ਜ਼ਰਾ ਨਾ ਐ ਜ਼ਰਾ ਸ਼ੌਕਿੰਗ ਕਲਰ ਹੋਣ ਨਾ ਚੰਗੇ ਜ਼ਰਾ ਅੱਖਾਂ ਨੂੰ ਪਵੇ ਅੱਖਾਂ ਨੂੰ ਆ ਅੱਖਾਂ ਨੂੰ ਪਵੇ ਪ੍ਰੋਗਰਾਮ ਕਰਨੇ ਹੁੰਦੇ ਆ ਨਾ ਤੇ ਲਾਈਟਿੰਗ ਦੇ ਵਿੱਚ ਜ਼ਰਾ ਇੰਜ ਇੰਜ ਆਵੇ ਜ਼ਰਾ ਭਮੱਕਾ ਪਵੇ ਕਲਰਾਂ ਦਾ ਨਹੀਂ ਅਸਲ ਦੇ ਵਿੱਚ ਨਾ ਗਰਮੀ ਦੇ ਲਾਈਟ ਹੀ ਹੁੰਦੇ ਕਲਰ ਜ਼ਿਆਦਾ ਤੇਜ਼ ਹੋਣਾ ਨਾ ਉਹਨੂੰ ਧੁੱਪ ਫੜਦੀ ਜਿਵੇਂ ਕਾਲਾ ਰੰਗ ਆ ਨਾ ਇਹਨੂੰ ਧੁੱਪ ਜ਼ਿਆਦਾ ਫੜਦੀ ਆ ਇਹ ਅਸੀਂ ਨਾ ਮਤਲਬ ਜਿਹੜੇ ਵੀ ਇੰਜੀਨੀਅਰ ਹੁੰਦੇ ਆ ਨਾ ਜਿਹੜੇ ਡਿਜ਼ਾਈਨਰ ਡਿਜ਼ਾਈਨਰ ਉਹ ਵੇਖ ਕੇ ਬਣਾਉਂਦੇ ਸਮਰ ਦੇ ਨਾਲ ਨਾਲ ਹੀ ਚੱਲਣਾ ਨਾ ਕਲਰ ਸਮਰ ਦੇ ਨਾਲ ਤਾਂ ਚੱਲਣਾ ਵਾ ਪਰ ਮਵੀ ਤਾਂ ਮਰਦਾ ਫਲ ਮਿੱਠਾ ਹੁੰਦਾ ਮਵੀ ਤੇ ਆਪਣੇ ਸਮਰ ਦੇ ਨਾਲ ਚੱਲਣਾ ਨਾ ਸਮਰ ਸਾਡੇ ਭਾਈ ਨੇ ਨਹੀਂ ਆਹੋ ਭਾਏ ਨਾ ਉਹਨਾਂ ਦਾ ਨਾਮ ਆ ਸਮਰ ਇਹ ਦੇਖ ਲਓ ਤੁਸੀਂ ਇਹ ਵੀ ਕਲਰ ਅੱਛਾ ਜੇ ਅਗਰ ਤੁਸੀਂ ਤੇਜ਼ ਥੋੜਾ ਜਿਹਾ ਲੈਣਾ ਤਾਂ ਆ ਵੀ ਨਹੀਂ ਕਲਰ ਤਾਂ ਸਾਰੇ ਚੰਗੇ ਆ ਪਰ ਮੈਂ ਦੇਖਦੀ ਆ ਵੀ ਬੰਦਾ ਆਪ ਵੀ ਚੰਗਾ ਹੋਣਾ ਚਾਹੀਦਾ ਨਾ ਕੀ ਹੋਇਆ ਮੈਨੂੰ ਕੀ ਵੀ ਮੇਰੇ ਤੇਜ਼ਾਬ ਪਿਆ ਮੂੰਹ ਤੇ ਮੈਂ ਇਹ ਕਲਰ ਸਾਰੇ ਚੰਗੇ ਆ ਆ ਜਿਹੜਾ ਸੌਫਟ ਕਲਰ ਆ ਤੁਹਾਨੂੰ ਪਤਾ ਪ੍ਰੋਗਰਾਮਾਂ 'ਚ ਕਲਰ ਤਾਂ ਚੰਗੇ ਆ ਲੇਕਿਨ ਇਹ ਫੰਕਸ਼ਨ ਵਾਸਤੇ ਆ ਆ ਤੂੰ ਪਾਏਂਗੀ ਨਾ ਯਕੀਨ ਕਰ ਤੇਰੇ ਉੱਤੋਂ ਬਹੁਤ ਪੈਸੇ ਸੁੱਟਣਗੇ ਕੀ ਹੋਇਆ ਪੈਸੇ ਕਲਰ ਐਸਾ ਵਾ ਇਹਦੇ 'ਚ ਬਰਕਤ ਆ ਇਹ ਪੈਸੇ ਦੀ ਕਸ਼ਿਸ਼ ਵਾਲਾ ਸੂਟ ਆ ਵੀ ਆਪਣੇ ਆਲ ਨੂੰ ਖਿੱਚਦਾ ਨਹੀਂ ਆਰਟ ਤਾਂ ਹੁੰਦਾ ਵਾ ਉਹ ਤਾਂ ਫਿਰ ਜ਼ਾਰੀ ਬਾਤ ਆ ਵੀ ਪ੍ਰੋਗਰਾਮ ਅਸੀਂ ਕਰਦੀਆਂ ਵਾ ਅਗਰ ਇਹਦੇ 'ਚ 2-4 ਹਜ਼ਾਰ ਤੋਂ ਘੱਟ ਪੈਸੇ ਹੋਣ ਮੇਰੇ ਕੋਲ ਆ ਕੇ ਤੂੰ ਲੈ ਲਈ ਨਹੀਂ ਤੂੰ ਕੋਲ ਖਲੋ ਕੇ ਸਟਾਉਣੇ ਆ ਵੀ ਦੇਖ ਲੈ ਸਾਡਾ ਸੂਟ ਆ ਤੇ ਪੈਸੇ ਜ਼ਿਆਦਾ ਸੁੱਟੋ ਕੋਈ ਸੂਟ ਹੁੰਦੇ ਨਾ ਬਰਕਤ ਵਾਲੇ ਵੀ ਇਹ ਸੂਟ ਮੈਂ ਜਦੋਂ ਪਾਇਆ ਨਾ ਮੈਨੂੰ ਬਹੁਤ ਪੈਸੇ ਹੋਏ ਨਹੀਂ ਹੈ ਵਾ ਮੈਂ ਇੱਕ ਸਾੜੀ ਲਾਉਂਦੀ ਆ ਇੰਡੀਆ ਤੋਂ ਮੈਂ ਮੰਗਾਈ ਸੀ ਜਦੋਂ ਮੈਂ ਉਹ ਪਾਉਂਦੀ ਆ ਤੇ ਮੈਂ ਪੜਦੀ ਤੂੰ ਉਹ ਮੇਰੀ ਗ੍ਰੇਸ ਨਿਕਲਦੀ ਆ ਸਾਰੇ ਨਾ ਫਿਰ ਉਹ ਫੰਕਸ਼ਨ ਇੰਨਾ ਮੈਨੂੰ ਲੁੱਕ ਵੀ ਉਹਦੇ 'ਚ ਮੇਰੀ ਬੜੀ ਅੱਛੀ ਆਉਂਦੀ ਆ ਤੇ ਥੱਲੋ ਇਹ ਪਾ ਲਈ ਉੱਤੋਂ ਸਾੜੀ ਪਾ ਲਈ ਯਾਨੀ ਕਿ ਧੱਫੜ ਕਢਾ ਲਾਂ ਗਰਮੀ ਦੇ ਵਿੱਚ ਮੈਂ ਤੇ ਆਹ ਕਾਹਦੇ ਵਾਸਤੇ ਆ ਗੁਬਾਰੇ ਕਾਹਦੇ ਵਾਸਤੇ ਆ ਕਿਤੇ ਸਾਲਗਿਰਾ ਤੁਹਾਡੀ ਨਹੀਂ ਆ ਡੰਮੀਆਂ ਨਹੀਂ ਲਾਈਆਂ ਇਹਨਾਂ ਦੀ ਸਾਲਗਿਰਾ ਇਹ ਹੁਣ 18-18 ਸਾਲ ਦੀਆਂ ਹੋ ਗਈਆਂ ਨਹੀਂ ਵੈਸੇ ਹੁੰਦੀ ਆ ਤੇ ਵਿਆਹੋ ਪਰੇ ਹੁਣ ਤੁਸੀਂ ਇਹਨਾਂ ਦੇ ਘਰ ਬਿਠਾਈਆਂ ਵਾ ਡਿਸਪਲੇ ਆ ਨਾ ਇਹਦੇ ਵਿੱਚ ਫਿਰ ਲਾਉਣਾ ਪੈਂਦਾ ਵਾ ਨਾਲੇ ਨਵੀਂ ਓਪਨਿੰਗ ਕੀਤੀ ਹੈ ਇਹਦੀ ਉਸ ਵਾਸਤੇ ਅਸੀਂ ਲਿਆਂਦੇ ਮੈਨੂੰ ਵੈਸੇ ਤੁਸੀਂ ਇਹ ਦੇਖ ਲਓ ਆ ਟਰੋਜ਼ਰ ਸ਼ਰਟ ਲੈ ਲਓ ਆ ਜਿਹੜਾ ਨਾ ਲਾ ਮਾਫੀ ਦੇ ਵੇ ਟਰੋਜ਼ਰ ਸ਼ਰਟ ਨਹੀਂ ਮੈਂ ਪਾਉਂਦੀ ਹਾਂ ਮੈਂ ਕੀ ਕਹਿਤਾ ਵੀ ਬੰਦ ਕਰ ਨਾ 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 ਟਰੋਜ਼ਰ ਸ਼ਰਟ ਨਾ ਬੜਾ ਆਕਵਰਡ ਜਿਹਾ ਬੰਦਾ ਨਾ ਐਵੇਂ ਓਵਰ ਜਿਹਾ ਲੱਗਦਾ ਵਾ ਮੈਂ ਤੇ ਨਾ ਫੈਂਸੀ ਕੱਪੜੇ ਪਾਉਂਦੀ ਹਾਂ ਓਵਰ ਨਹੀਂ ਅੱਜ ਕੱਲ ਤੇ ਡਿਜ਼ਾਈਨ ਇਹ ਚੱਲ ਰਿਹਾ ਵਾ ਦੇਖੋ ਨਾ ਇਹਦੇ ਚ ਬੰਦਾ ਨਾ ਕੰਫਰਟੇਬਲ ਰਹਿੰਦਾ ਬੜਾ ਅੱਛਾ ਵਾ ਤੇ ਇਹਦੇ ਨਾਲ ਵੀ ਦੁਪੱਟਾ ਹੁੰਦਾ ਕਿ ਨਹੀਂ ਇਹਦੇ ਨਾਲ ਕਿਹੜਾ ਦੁਪੱਟਾ ਹੁੰਦਾ ਤੈਨੂੰ ਦੁਪੱਟੇ ਦੀ ਬੜੀ ਫਿਕਰ ਆ ਵੀ ਅਗਰ ਉਹ ਸ਼ੁਰੂ ਤੋਂ ਦੁਪੱਟਾ ਲੈਂਦੀ ਨਾ ਅੱਜ ਇੱਥੇ ਨਾ ਪਹੁੰਚਦੀ ਨਹੀਂ ਨਹੀਂ ਵੀ ਘਰੇਲੂ ਔਰਤਾਂ ਜਿਹੜੀਆਂ ਹੁੰਦੀਆਂ ਦੁਪੱਟੇ ਤੋਂ ਬਗੈਰ ਵੈਸੇ ਹੀ ਨਹੀਂ ਚੰਗੀਆਂ ਲੱਗਦੀਆਂ ਲਵੋ ਦੁਪੱਟਾ ਦੁਪੱਟਾ ਲੈਣਾ ਅੱਛੀ ਗੱਲ ਆ ਤੇ ਇਹ ਸੂਟ ਜਿਹੜਾ ਵਾ ਕੁਛ ਮੈਨੂੰ ਕਲਰ ਸੋਹਣਾ ਲੱਗ ਰਿਹਾ ਦੂਰੋਂ ਨਾ ਕਿਹੜਾ ਇਹ ਜਿਹੜਾ ਸੂਟ ਜਿਹੜਾ ਨਾ ਇਹ ਮੇਰੇ ਤੇ ਜ਼ਿਆਦਾ ਸੂਟ ਕਰੂਗਾ ਇਹ ਨਹੀਂ ਇਹ ਜਚਣਾ ਜਾਂ ਤੂੰ ਨਜ਼ਰ ਆਏਗੀ ਜਾਂ ਸੂਟ ਆਏਗਾ ਬਲੈਕ ਨਾ ਲੈ ਨਹੀਂ ਬਲੈਕ ਨੇ ਤੇ ਰਾਤ ਨੂੰ ਇੰਨਾ ਕਲਰ ਉੱਠਦਾ ਵਾ ਰਾਤ ਨੂੰ ਕੋਈ ਲੈਟਰ ਵੇ ਹਮਾਦ ਵੀ ਆ ਜਾਵੇ ਤੂੰ ਤਾਂ ਐਵੇਂ ਦੂਰ ਮੇਰੇ ਕੋ ਹੋਈ ਜਾਣਾ ਵੇਸਕੋਟ ਕਾਦੀ ਪਾ ਲਿਆ ਤੂੰ ਹਮਾਦ ਬੜਾ ਅੱਛਾ ਹਾਂ ਨਹੀਂ ਬੜਾ ਅੱਛਾ ਵਾ ਵੇਸਕੋਟ ਤਾਂ ਐ ਪਈ ਦੁਕਾਨ ਦਾ ਹਲਫ ਚੁੱਕਣਾ ਇਹਨੇ ਆਹੋ ਦਿਖਾਓ ਜਰਾ ਉਹ ਦੁਪੱਟਾ ਖੋਲ ਕੇ ਹਮਾ ਦਿਖਾ ਆਹ ਡਿਜ਼ਾਈਨ ਆ ਇੰਜ ਦਾ ਸੋਹਣਾ ਤੂੰ ਇਹ ਦੁਪੱਟਾ ਇਹਦਾ ਜੀ ਦੁਪੱਟਾ ਤੂੰ ਲੱਕ ਨੂੰ ਹੀ ਬੰਨਣਾ ਹੁੰਦਾ ਕਾਹਦੇ ਲਈ ਲੈਂਦੇ ਉਹ ਕੀ ਹੋਇਆ ਦੁਪੱਟਾ ਲੱਕ ਨੂੰ ਬੰਨਣਾ ਵੀ ਆ ਤੂੰ ਜਰਾ ਮੈਨੂੰ ਤਹਿ ਲਾ ਕੇ ਦਿਖਾ ਤੂੰ ਤੇ ਐ ਵਾ ਮੈਂ ਇਹਦੀ ਕੁਛ ਐ ਬੰਨਣੀ ਐ ਇਦਾਂ ਮੈਨੂੰ ਚੋ ਨਹੀਂ ਤਹਿ ਕਾਦਾ ਹਮਾਦ ਖੋਲ ਕੇ ਵਖਾ ਇਦਾਂ ਕਰਨਾ ਕਿੰਨਾ ਚਿਰ ਹੋ ਗਿਆ ਤੈਨੂੰ ਦੁਕਾਨ ਤੇ ਇਹ ਵੀ ਨਹੀਂ ਪਤਾ ਵੇ ਸਿੱਧਾ ਕਰ ਲਾ ਹਮਾਦ ਸਿੱਧਾ ਕਰ ਲਾ ਇਹਨੂੰ ਇਸ ਤਰ੍ਹਾਂ ਕਿਉਂ ਕਰਨਾ ਵਾ ਸੂਟ ਵਹਾਉਂਦੇ ਵਰੀ ਵਹਾਉਂਦੇ ਅਸੀਂ ਵੀ ਸਿੱਧਾ ਕਰਦੇ ਇੰਜ ਕਰ ਤੈਨੂੰ ਮਾਡਰਨ ਲੁੱਕ ਦਾ ਨਹੀਂ ਪਤਾ ਕਿੱਦਾਂ ਨਿਕਲਦੀ ਹੈ ਇਹ ਦੇਖੋ ਆਪਣਾ ਸੁਮੈਰਾ ਜੀ ਇਹ ਦੇਖੋ ਇਹ ਤਹਿ ਕਾਲੀ ਲਾਈ ਜਾਨੀ ਉਹ ਤਹਿ ਹੀ ਲਾਣਾ ਹੁੰਦਾ ਮੈਂ ਤੈਨੂੰ ਦੱਸਦੀ ਆ ਵੀ ਇਹ ਇਹ ਜਿਹੜਾ ਇਹ ਲੋਕਾਂ ਨਹੀਂ ਹੈ ਜਿਹੜੇ ਮੈਂ ਫੰਕਸ਼ਨ ਤੇ ਜਾਵਾਂਗੀ ਜਿਹੜੀ ਆਹ ਲੋਕ ਇਹਦਾ ਕੀ ਕਰਨਾ ਕਿਹੜੀ ਆਹ ਲੋਕ ਆ ਤੈਨੂੰ
ਰੰਗ ਸਫੇਦ ਦਾ ਤੈਨੂੰ ਕਦੇ ਦੇਖਿਆ ਨੀ ਕਿਤੇ ਐ ਵੀ ਬੋਰਾ ਹੋ ਗਿਆ ਵਾ ਨਹੀਂ ਬਲੈਕ ਤੇ ਜਿਹੜਾ ਨਾ ਕੰਟੀਨਿਊ ਹੈਗਾ ਜਦੋਂ ਮਰਜ਼ੀ ਪਾ ਲਓ ਅੱਛਾ ਲੱਗਦਾ ਇੰਜ ਕਰਕੇ ਮੈਂ ਜਰਾ ਫੰਕਸ਼ਨ ਤੇ ਜਾਵਾਂਗੀ ਐ ਕਰ ਤੇ ਨਾਲ ਢੋਲਕੀ ਤਬਲੇ ਵਾਲਾ ਨਹੀਂ ਲੈਣਾ ਵੀ ਕੀ ਢੋਲਕੀ ਤਬਲੇ ਵਾਲਾ ਮੈਂ ਫੰਕਸ਼ਨ ਦੀ ਗੱਲ ਕਰਦੀ ਆ ਆਮ ਘਰਾਂ 'ਚ ਸਾਡੇ ਫੰਕਸ਼ਨ ਨਹੀਂ ਹੁੰਦਾ ਅੱਛਾ ਉਹ ਡੀਜੇ ਹੁੰਦਾ ਵਾ ਤੇ ਗਾਰਡ ਸ਼ਾਰਡ ਵੀ ਰੱਖੇ ਤੂੰ ਨਾਲ ਗਾਰਡਾਂ ਤੋਂ ਬਗੈਰ ਤਾਂ ਫਿਰ ਤੈਨੂੰ ਪਤਾ ਵੀ ਆਵਾਮ ਟਿਕਣ ਨਹੀਂ ਦਿੰਦੀ ਹੈਗੀ ਯਾਰ ਮੈਂ ਪਿੱਛੇ ਜੇ ਨਾ ਉਹਨਾਂ ਦਾ ਆਪਣਾ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਉਹ ਤੁਹਾਡੇ ਮਤਲਬ ਕੀ ਨਾ ਉਹਨਾਂ ਦਾ ਜਿਹੜੇ ਉਹ ਕਹਿ ਰਹੇ ਮਹਿਕ ਮਲਕ ਸੀ ਮਹਿਕ ਮਲਕ ਵਿਚਾਰੀ ਕਹਿ ਰਹੀ ਸੀਗੀ ਵਿਚਾਰੀ ਨਹੀਂ ਕਹੇ ਸਾਡਾ ਗੁਰੂ ਆ ਅੱਲਾ ਮਾਫੀ ਦੇ ਪੂਰੀ ਦੁਨੀਆ ਤੇ ਵਾਇਰਲ ਆ ਅੱਲਾ ਦਾ ਬੜਾ ਕਰਮ ਆ ਉੱਤੇ ਇਸ ਵੇਲੇ ਬੜੇ ਅੱਛੀ ਹਿੱਟ ਆ ਲੇਕਿਨ ਮੈਨੂੰ ਇਹ ਤਰਸ ਆਇਆ ਕਿ ਜਿਹੜੇ ਨਾ ਨਾਕੇ ਤੇ ਉਹਨਾਂ ਕੋਲ ਪੈਸੇ ਖੋ ਲੈਂਦੇ ਵਿਚਾਰਿਆਂ ਦੇ ਮੈਂ ਕਹਿੰਦੀ ਹਾਂ ਇਹ ਤਾਂ ਅੱਜ ਕੱਲ੍ਹ ਐਸਾ ਟ੍ਰੈਂਡ ਹੋਇਆ ਪਿਆ ਵਾ ਵੀ ਅਸੀਂ ਇੱਧਰੋਂ ਫੰਕਸ਼ਨ ਕਰਦੀਆਂ ਵਾ ਅੱਲਾ ਜਾਣੇ ਉਂਤਰਾ ਕਿਹੜਾ ਵਾ ਜਿਹੜਾ ਸਾਡੀ ਤਾੜੀ ਨਾ ਮਾਰ ਗਾਹਕ ਫਿਰਦੇ ਗਾਹਕ ਫਿਰਦੇ ਤੇ ਹੁਣ ਸਾਡਾ ਤਾਂ ਕੰਮ ਆ ਸਾਡੇ ਕੋਲ ਨਹੀਂ ਤਾੜੀ ਹੋ ਜਾਵੇ ਮੀਆਂ ਦਾਦ ਨਾਲ ਮੁੰਡਾ ਹੋਇਆ ਤੂੰ ਐ ਤਾੜੀਆਂ ਮਾਰਨ ਦੀ ਮੈਂ ਵੀ ਇੱਧਰੋਂ ਅਸੀਂ ਫੰਕਸ਼ਨ ਕਰਦੀਆਂ ਵਾ ਇੱਧਰੋਂ ਉਂਤਰਾ ਕਿਹੜਾ ਰੈਕੀ ਕਰ ਦਿੰਦਾ ਵਾ ਰੋਏ ਦੇ ਪਿੱਛੋਂ ਬਾਹਾਂ ਬੰਨ ਹਮਾ ਦੇ ਵੀ ਤੇ ਉਹ ਸਾਡੇ ਫਿਰ ਅਸੀਂ ਨਾ ਰਾਹ 'ਚ ਚੌਕ 'ਚ ਹਜੇ ਟੱਪਦੀਆਂ ਨਹੀਂ ਤੇ ਆ ਜਾਂਦੇ ਨਹੀਂ ਇੰਜ ਨਹੀਂ ਕਰਨਾ ਚਾਹੀਦਾ ਹਾਂ ਕੱਢਦੇ ਜੋ ਕੁਛ ਹੈਗਾ ਵਾ ਨਹੀਂ ਕੱਢਦੇ ਕੀ ਉਹ ਡਾਕੂ ਆ ਕੱਢਦੇ ਉਹ ਡਾਕੂ ਹੀ ਮਾਰਦੇ ਆ ਸਾਡੇ ਕੋਲ ਵੀ ਕੋਈ ਐਸੀ ਵੈਸੀ ਕੋਈ ਚੀਜ਼ ਤੇ ਨਹੀਂ ਨਿਕਲ ਆਉਂਦੀ ਜਿਹੜੀ ਵਜ੍ਹਾ ਤੋਂ ਡੱਕ ਲੈਂਦੇ ਨਹੀਂ ਸਾਡੇ ਕੋਲ ਲਿਪਸਟਿਕ ਹੁੰਦੀ ਬੇਸ ਹੁੰਦੀ ਆ ਹੋਰ ਸਾਡੇ ਕੋਲੋਂ ਕੀ ਨਿਕਲ ਆਉਂਦਾ ਇਸੇ ਬੇਸ ਤੇ ਹੀ ਫੜਦੇ ਤੁਹਾਨੂੰ ਤੇ ਉਹ ਆਪਣਾ ਸਾਡੇ ਪੈਸੇ ਖੋ ਲੈਂਦੇ ਆ ਸਾਡੇ ਕੋਲ ਸਾਰਾ ਕੁਛ ਲੈ ਲੈਂਦੇ ਆ ਅਸੀਂ ਔਰਤ ਇੰਜ ਨਾ ਕਰਿਆ ਕਰੋ ਤੁਹਾਡੀ ਮਿਹਰਬਾਨੀ ਕਲਾਕਾਰ ਆ ਆਰਟਿਸਟ ਆ ਇੰਜ ਨਹੀਂ ਕਰਨਾ ਚਾਹੀਦਾ ਸਾਡੇ ਮੁਲਕ ਦੀ ਰੌਣਕ ਆ ਇਹਨਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਆ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ ਵਿਚਾਰੇ ਤੇ ਇਹ ਧਿਆਨ ਰੱਖੋ ਜੀ ਮੈਂ DIG ਸਾਹਿਬ ਨੂੰ ਵੀ ਕਹਿਤਾ ਜੀ ਪੈਸੇ ਲੈ ਕੇ ਤੇ ਸਾਡਾ ਸਾਰਾ ਕੁਛ ਜੋ ਨਾਚਾ ਟਾਪਾ ਸਾਡਾ ਹੁੰਦਾ ਵਾ ਤਾੜੀਆਂ ਕੋ ਮਾਰਦਾ ਤੂੰ ਉਹ ਤਾੜੀਆਂ ਕੀ ਕਬੂਤਰ ਆ ਆਲੇ ਦੁਆਲੇ ਤੇਰੇ ਬਲਕਿ ਇਹਨਾਂ ਦੀ ਨਾ ਇੱਕ ਲਹਿਦਾ ਕਲੋਨੀ ਹੋਣੀ ਚਾਹੀਦੀ ਖਾਜਾ ਸਰਾ ਟਾਊਨ ਉੱਥੇ ਸਾਰੇ ਆਹੋ ਸਾਡੀ ਆਪਣੀ ਕਮਿਊਨਿਟੀ ਹੋਵੇ ਨਾ ਸਾਨੂੰ ਕੋਈ ਛੇੜੇ ਨਾ ਕੋਈ ਤੰਗ ਕਰੇ ਲੇਕਿਨ ਇਹ ਕਿੱਦਾਂ ਇਸ ਗੱਲ ਤੇ ਕੰਟਰੋਲ ਹੋਊਗਾ ਵੀ ਸਾਡੇ ਕੋਲ ਪੈਸੇ ਨਾ ਖੋਣ ਅਸੀਂ ਨਾ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਪ੍ਰੋਗਰਾਮ ਚੱਲ ਕਹਿਤਾ ਹੁਣ ਤੂੰ ਸਾਰਾ ਨਾ ਤੂੰ ਸੂਟ ਲੈ ਤੇ ਜਾ ਇੱਥੋਂ ਲੈ ਜਾ ਇੱਥੋਂ ਕਿਹੜਾ ਗਾਹਕ ਨੂੰ ਇੰਜ ਕੌਣ ਕਹਿੰਦਾ ਵੀ ਸੂਟ ਲੈ ਤੇ ਜਾ ਇੱਥੋਂ ਈਦ ਦਾ ਕੰਮ ਆ ਨਾ ਫਿਰ ਸਾਰੇ ਗੈਸਟ ਆ ਰਹੇ ਨੇ ਸਾਰੇ ਸਾਡੇ ਕਸਟਮਰ ਆ ਰਹੇ ਨੇ ਇਹ ਦੇਖ ਲਓ ਇਹ ਤੁਸੀਂ ਦੇਖੋ ਨਹੀਂ ਨਹੀਂ ਹਾਂ ਸੌਫਟ ਕਲਰ ਮੈਂ ਥੋੜਾ ਜਿਹਾ ਤੇਜ਼ ਕਲਰ ਚਾਹੁੰਦੀ ਆ ਤੇ ਹਮਾ ਦਾ ਆ ਦਿਖਾਵੇ ਇੱਧਰ ਆ ਕੇ ਏਡਾ ਤੇਜ਼ ਕਲਰ ਧੌਣ ਵਢਵਾਉਣੀ ਕਲਰ ਕੋਲ ਹਮਾ ਦਾ ਐ ਦੁਪੱਟਾ ਦਿਖਾ ਵੀ ਹਾਂ ਇਹ ਵੀ ਅੱਛਾ ਹਮਾ ਦਾ ਐ ਦਿਖਾ ਹਮਾ ਤਾਂ ਅੱਲਾ ਮਾਫੀ ਦੇਵੇ ਇੱਕ ਸੂਟ ਦੇ ਦਿਖਾ ਕੇ ਤਾਂ ਮੁੜ ਕੇ ਥੱਕ ਕੇ ਪਰੇ ਹੋ ਕੇ ਖਲੋ ਜਾਂਦਾ ਵੀ ਜਿਵੇਂ ਮੈਂ ਕਰ ਲਏ ਪਸੰਦ ਤਿੰਨ ਤਾਂ ਕਰ ਲਏ ਆ ਅੱਛਾ ਚਲੋ ਹਾਂ ਆਹ ਦੇਖੋ ਦੁਪੱਟਾ ਆਹ ਦੇਖ ਨਾ ਸ਼ਿਫੂਨ ਦਾ ਵਾ ਹਾਂ ਸ਼ਿਫੂਨ ਬਾਹਰ ਨਿਕਲ ਜਾਈ ਦੁਪੱਟਾ ਲੈ ਮੈਂ ਜਰਾ ਮਾਡਲਿੰਗ ਕਰਦੀ ਏਡੀ ਕਾਹਦੀ ਤੈਨੂੰ ਬੇਤਬਾਰੀ ਆ ਵੀ ਇੱਥੋਂ ਨਾ ਬਾਹਰ ਨਿਕਲ ਜੇ ਮੈਂ ਮਾੜੀ ਜਿਹੀ ਲੁੱਕ ਨਾ ਆਪਣੀ ਦੇਖਾਂ ਵੀ ਕੀ ਬਣਿਆ ਤੇ ਕੀ ਨਹੀਂ ਮੁਲਾਜ਼ਮ ਲੋਕ ਆ ਅਸੀਂ ਇਸ ਕਰਕੇ ਨਹੀਂ ਕਹਿੰਦੇ ਨਹੀਂ ਇੱਕ ਤਾਂ ਆਹ ਲਾਜ਼ਮੀ ਪੈਕ ਕਰ ਦੋ ਆਹ ਅੱਛਾ ਵਾ ਇਹ ਕਰ ਦਈਏ ਹਾਂਜੀ ਇੱਕ ਇਹ ਪੈਕ ਕਰ ਮਾਦ ਭਾਈ ਇਹ ਕਹਿ ਕਰ ਤੇ ਉਹ ਸਾਡੇ ਭਾਈਨ ਵਾਸਤੇ ਨਹੀਂ ਲੈਣਾ ਈਦ ਵਾਸਤੇ ਸੂਟ ਹਾਂ ਇਹ ਤਾਂ ਮੈਨੂੰ ਪਤਾ ਲੱਗਿਆ ਵਾ ਵੀ ਜੈਂਟਸ ਦੀ ਵੀ ਇੱਥੇ ਵੈਰਾਈਟੀ ਹੈ ਵਾ ਮੈਂ ਤੁਹਾਡੇ ਭਾਈਨ ਵਾਸਤੇ ਵੀ ਇੱਕ ਸੂਟ ਲੈਣਾ ਵਾ ਇੱਕ ਨਹੀਂ ਦੋ ਤਿੰਨ ਤੇ ਲਵੋ ਨਾ ਇੱਕ ਕੀ ਆ ਨਹੀਂ ਦੋ ਇੱਕ ਈਦ ਵਾਲ ਦਿਨ ਇੱਕ ਟਰੂ ਨੂੰ ਇੱਕ ਮਰੂ ਨੂੰ ਨਹੀਂ ਉਹ ਕੀ ਨਾਲੀ 'ਚ ਡਿੱਗ ਪੈਂਦਾ ਘੰਟੇ ਬਾਅਦ ਜਿਹੜਾ ਮੈਂ ਤਿੰਨ ਸੂਟ ਲੈ ਲਾਂ ਉਹਦੇ ਤੂੰ ਆ ਜਾ ਮੈਨੂੰ ਹੋਰ ਇਹ ਦੇਖੋ ਇਹ ਕਲਰ ਤੁਸੀਂ ਮੇਰੇ ਕਹਿਣ ਤੇ ਲੈ ਲਓ ਇਹ ਦੇਖੋ ਇਹਦੇ ਤੇ ਤਾਂ ਕੰਮ ਬਹੁਤ ਅੱਛਾ ਹੋਇਆ ਵਾ ਇਹ ਜਿਹੜਾ ਵੇ ਹਮਾਦ ਆ ਜਾ ਉਰੇ ਕੀ ਹੋ ਗਿਆ ਪਰੇ ਜਾਈ ਜਾਨਾ ਤੂੰ ਤਾਂ ਵੇ ਹਮਾਦ ਸਾਡਾ ਮੁਲਾਜ਼ਮ ਆ ਤੇਰਾ ਨਹੀਂਗਾ ਨਹੀਂ ਫਿਰ ਹੁਣ ਉਹਨੇ ਦਿਖਾਉਣਾ ਤਾਂ ਇਹਦਾ ਹੀ ਕੰਮ ਆ ਲਾ ਵੇ ਸੂਟ ਆ ਜਰਾ ਆ ਲਾ ਆ ਉੱਥੇ ਪਿਆ ਵਾ ਮੈਂ ਇੱਥੋਂ ਕਹਿੰਦੀ ਆ ਭੱਜ ਕੇ ਕੌਂਟਰ ਤੇ ਚਲੇ ਜਾ ਡਿਸਪਲੇ ਲਾਏ ਆ ਤੂੰ ਕਹਿਣਾ ਆ ਤੇ ਉੱਥੋਂ ਦੇਣਾ ਤੈਨੂੰ ਯਾਨੀ ਕਿ ਮੈਂ ਇਹਦੀਆਂ ਤੁਰਨੀਆਂ ਫਿਰਨੀਆਂ ਵੇਖਾਂ ਕਦੀ ਐਂ ਤੇ ਕਦੀ ਆਉਂ ਇਹਦੇ ਨਾਲ ਦੁਪੱਟਾ ਹੈਗਾ ਨਾ ਪਹਿਲੇ ਦੁਪੱਟਾ ਵਿਖਾ ਦੇ ਕਿਉਂਕਿ ਉਹਨੂੰ ਦੁਪੱਟਾ ਪਸੰਦ ਹੈ ਸੂਟ ਵੀ ਪਸੰਦ ਆ ਜਾਂਦਾ ਕਿਉਂਕਿ ਹਜ਼ਾਰ ਵਾਲਾ ਭਾਈ ਇਹ ਦੇਖੋ ਜੀ ਇਹਦਾ ਮਾਸ਼ਾ ਦੇਖੋ ਵਧੀਆ ਹਾਂ ਅੱਛਾ ਵਾ ਡਿਜ਼ਾਇਨ ਇਹ ਵੀ ਹੈਂ ਅੱਛੇ ਡਿਜ਼ਾਇਨ ਇਹਦਾ ਕਮੀਜ਼ ਦਿਖਾ ਜ਼ਰਾ ਕੀ ਇੱਥੇ ਕਾਹਦਾ ਕੰਮ ਹੋਇਆ ਵਾ ਕਾਹਦਾ ਕੰਮ ਹੋਇਆ ਇਹਦੇ 'ਤੇ ਇਹਦੇ 'ਤੇ ਮਿਸਤਰੀਆਂ ਦਾ ਕੰਮ ਹੋਇਆ ਲੈਂਟਰ ਪਾਇਆ ਇਹਦੇ 'ਤੇ ਇਹਦੇ 'ਤੇ ਨਾ ਚਿਪਸ ਲੱਗੀ ਆ ਟਾਪ ਟੈਲ ਦਾ ਕੰਮ ਹੋਇਆ ਉਹ ਵੀ ਦੇਖਣਾ ਦਾ ਹੁੰਦਾ ਵਾ ਵੀ ਕੀ ਨਹੀਂ ਮਤਲਬ ਕਢਾਈ ਦਾ ਹੀ ਕੰਮ ਹੋਣਾ ਵਾ
ਇਹ ਦੇਖ ਲਓ ਹਾਂ ਇੱਕ ਐ ਹਮਾਦ ਕਰਦੇ ਤੇ ਇੱਕ ਉਹ ਕਰਦੇ ਦੋ ਹੋ ਗਏ ਇੱਕ ਅੱਧਾ ਮੈਂ ਹੋਰ ਲੈ ਲੈਣੀ ਆ ਅੱਧਾ ਨਹੀਂ ਅਸੀਂ ਦਿੰਦੇ ਇੱਕ ਉਹ ਮਿਸਾਲ ਹੁੰਦੀ ਆ ਅੱਧਾ ਤੈਨੂੰ ਮੈਂ ਕਦੋਂ ਕਿਹਾ ਵੀ ਸੂਟ ਸੈਂਟਰ ਚੋਂ ਪਾੜ ਦੇ ਯਾਰ ਅੱਧਾ ਤੁਸੀਂ ਕਹਿ ਰਹੇ ਹੋ ਹਸਬੈਂਡ ਬਣਿਆ ਮੇਰੇ ਕਹਿਣ ਤੇ ਲੈ ਲਾ ਅੱਲਾ ਮਾਫ਼ੀ ਦੇਵੇ ਮੈਂ ਤੇਰੇ ਕਹਿਣ ਤੇ ਕੋ ਲੈ ਲਾ ਇਹ ਦੇਖ ਲੋ ਨਹੀਂ ਏਡੇ ਸੋਫਟ ਕਲਰ ਨੀ ਮੈਂ ਲੈਂਦੀ ਜਰਾ ਸ਼ੋਕ ਹੁੰਦੀ ਆ ਵੇ ਹਮਾਦ ਆ ਜਾ ਅੱਲਾ ਮਾਫ਼ੀ ਦੇਵੇ ਤੂੰ ਉੱਥੇ ਚਲੇ ਜਾਂਦਾ ਮਿੰਟ ਬਾਅਦ ਹਮਾਦ ਸਾਡੇ ਕੋਲ ਹੀ ਰਹਿ ਜਾ ਘਬਰਾ ਪੈਂਦਾ ਮੈਂ ਇੱਥੇ ਕਹਿੰਦੀ ਆ ਫਿਰ ਉੱਥੇ ਚਲੇ ਜਾਂਦਾ ਆਹ ਦੇਖੋ ਐ ਵੀ ਦੁਪੱਟਾ ਸੋਹਣਾ ਵਾ ਇਹਦਾ ਦੁਪੱਟੇ ਨਾਲ ਹੀ ਹੁੰਦੀ ਆ ਵਾ ਲੇਡੀਜ਼ ਦੀ ਨਾ ਇੱਕ ਫੀਲਿੰਗ ਹੁੰਦੀ ਆ ਕਿ ਉਹਨਾਂ ਨੂੰ ਨਾ ਸੂਟ ਤੋਂ ਜ਼ਿਆਦਾ ਦੁਪੱਟਾ ਸੋਹਣਾ ਲੱਗਦਾ ਵਾ ਆ ਮਾਸ਼ਾਅੱਲਾ ਮੇਰੇ ਬੜਾ ਉੱਠਣਾ ਵਾ ਆਹੋ ਤੁਹਾਡਾ ਕਲਰ ਨੂੰ ਮੈਚ ਕਰੇਗਾ ਇਹ ਕਿਉਂਕਿ ਲਾਈਟ ਕਲਰ ਆ ਇਹ ਤਿੰਨ ਹੋ ਗਏ ਮੈਂ ਕਹਿ ਰਿਹਾ ਸੀ ਦੁਪੱਟਾ ਦੇਖ ਨਹੀਂ ਅੱਗੇ ਮੈਂ ਲੈ ਤਾਂ ਲਿਆ ਵਾ ਬਲੈਕ ਅੱਗੇ ਹੋਰ ਤੇ ਇੱਕ ਹੋਰ ਲੈ ਲਾ ਦੂਜੇ ਨੇ ਕਿਹੜਾ ਚਪੇੜਾ ਮਾਰਨੀਆਂ ਤੇ ਹਾਂ ਬਸ ਦੁਪੱਟਾ ਤਾਂ ਇਹਦਾ ਵੀ ਠੀਕ ਹੈ ਇਹਦਾ ਕਮੀਜ਼ ਦਿਖਾ ਮੈਨੂੰ ਕਿਸ ਤਰ੍ਹਾਂ ਦਾ ਕਮੀਜ਼ ਵੀ ਅੱਛਾ ਇਹਦਾ ਆਹ ਦੇਖੋ ਨਾਲੇ ਨਾ ਗਰਮੀਆਂ ਦੇ ਵਿੱਚ ਨਾ ਸੌਫਟ ਕੱਪੜਾ ਬਿਲਕੁਲ ਤੁਹਾਡਾ ਕਿਉਂਕਿ ਤੁਹਾਡਾ ਸਕਿਨ ਵੀ ਤੁਹਾਡੀ ਨਰਮ ਆ ਨਾ ਉਸ ਹਿਸਾਬ ਨਾਲ ਮੈਂ ਦੇ ਰਿਹਾ ਸਕਿਨ ਸੌਫਟ ਆ ਨਾ ਤੁਹਾਡੀ ਸੌਫਟ ਕੱਪੜਾ ਪਾਇਆ ਕਰੋ ਨਹੀਂ ਇਹ ਨਹੀਂ ਹੈਗਾ ਇਹ ਇਹ ਫਰੰਟ ਆ ਇਹ ਬਾਜ਼ੂ ਆ ਆ ਮੂੰਹ ਆ ਲੋ ਕੀ ਹੋਇਆ ਹਾਂ ਮੂੰਹ ਆ ਪਤਾ ਮੈਨੂੰ ਮੇਰਾ ਮੂੰਹ ਆ ਤੇ ਐਡਾ ਕਾਹਦਾ ਇਨਫੋਰਮੇਸ਼ਨ ਦੇਣ ਦੀ ਤੈਨੂੰ ਲੋੜ ਪਈ ਹੈ ਇਹ ਡਿਜ਼ਾਈਨ ਤੁਹਾਨੂੰ ਕਿਤੋਂ ਵੀ ਨਹੀਂ ਲੱਭਣੇ ਨਵੇਂ ਡਿਜ਼ਾਈਨ ਆਏ ਮੀਆਂ ਦਾਦ ਸਾਹਿਬ ਦੇ ਠੀਕ ਹੈ ਨਾ ਇਹ ਲਵੋ ਤੁਸੀਂ ਬਲਕਿ ਆਪਣੀ ਹੋਰ ਵੀ ਜਿਹੜੀ ਤੁਹਾਡੀ ਕਮਿਊਨਿਟੀ ਆ ਨਾ ਉਹਨਾਂ ਨੂੰ ਵੀ ਲਿਆਓ ਹਾਂ ਮੈਂ ਤੇ ਆਪਣੇ ਗਰੁੱਪ 'ਚ ਸ਼ੇਅਰ ਕਰੂੰਗੀ ਮੀਆਂ ਦਾਦ ਬ੍ਰਾਂਡ ਦਾ ਨਾ ਵੱਡੇ ਨਹੀਂ ਹੈਗੇ ਜਿਹੜੇ ਆਪਣੇ ਤੁਹਾਡੇ ਨਾ ਸਿਰ ਕਢਵੇਂ ਜਿਹੜੇ ਸਿਰ ਕਢਵੇਂ ਤਾਂ ਅੱਲਾ ਮਾਫ਼ੀ ਦੇਵੇ ਉਹ ਹੀ ਆ ਤਲਾਸ਼ ਵਾ ਫਿਰ ਮਹਿਕ ਮਲਕ ਆ ਮੇਰਾ ਸਾਡੇ ਗੁਰੂ ਆ ਫਿਰ ਆਪਣਾ ਚਾਹਤ ਬਲੋਚ ਹਾਂ ਹਾਂ ਤੇ ਇਹ ਸਾਰੀ ਕਮਿਊਨਿਟੀ ਸਾਡੀ ਜਿਹੜੀ ਆ ਵੱਡੇ ਗੁਰੂ ਆ ਚਲੋ ਉਹਨਾਂ ਨੂੰ ਵੀ ਲਿਆਓ ਕਿਤੇ ਇੱਥੇ ਆਹੋ ਉਹਨਾਂ ਨੂੰ ਮੈਂ ਹੁਣ ਆ ਮੈਂ ਪਾ ਤੇ ਲਵਾਂ ਫਿਰ ਮੈਂ ਆਪਣਾ ਨਾ ਐ ਜ਼ਰਾ ਅੱਛਾ ਵਾ ਲੱਗਦਾ ਐ ਮੈਨੂੰ ਥੋੜਾ ਜਿਹਾ ਨਾ ਇਹ ਸਹੀ ਲੱਗੇਗਾ ਨਾ ਮੈਨੂੰ ਪਤਾ ਲੱਗ ਗਿਆ ਜਦੋਂ ਫਿਟਿੰਗ ਫਿਟਿੰਗ ਸਟੈਪ ਕੀਤਾ ਤੁਸੀਂ ਨਹੀਂ ਉਹ ਫਿਟਿੰਗ 'ਚ ਮੈਂ ਕਹਿੰਦੀ ਹਾਂ ਵੀ ਜ਼ਰਾ ਅੱਛਾ ਲੱਗੇਗਾ ਨਾ ਇਹਦੇ ਨਾਲ ਸਟੈਪ ਵੀ ਸੋਹਣੇ ਨਿਕਲਣਗੇ ਫਿਟਿੰਗ ਲੱਗੇਗੀ ਤੁਹਾਨੂੰ ਹੋਰ ਦੁਰ ਫਿਟਿੰਗ ਥੋੜਾ ਲੱਗੇ ਚੱਲ ਚਾਰ ਇਹ ਕਰਦੀ ਹੈ ਹਾਂ ਚਾਰ ਕਰਦੇ ਹੁਣ ਭੈਣ ਦਾ ਸੂਟ ਵੀ ਦਿਖਾ ਦਿਓ ਆ ਜਾਓ ਉੱਧਰ ਸਾਡੇ ਕੋਲ ਜੈਂਟਸ ਵੀ ਸਾਰਾ ਭਾਵੇਂ ਨਾਲ ਨਹੀਂ ਆਉਂਦੇ ਤੁਹਾਡੇ ਨਹੀਂ ਨਾਲ ਨਹੀਂ ਆਉਂਦੇ ਕਹਿੰਦੇ ਫਿਰ ਤੈਨੂੰ ਫੈਨ ਫੋਲੋਇੰਗ ਤੇਰੀ ਬੜੀ ਆ ਫਿਰ ਮੈਂ ਡਿਸਟਰਬ ਹੁੰਦਾ ਲੋਕ ਕਹਿੰਦੇ ਸੈਲਫੀ ਦੇ ਕੋਈ ਕਹਿੰਦਾ ਆਪਣਾ ਆਟੋਗ੍ਰਾਫ ਦੇ ਫਿਰ ਉਹ ਕਹਿੰਦੇ ਆ ਵੀ ਮਾਈਂਡ ਕਰਦੇ ਤੁਹਾਡੇ ਭਾਵੇਂ ਨਾ ਤੇ ਕੋਈ ਹੋਈ ਨਹੀਂ ਕਹਿੰਦਾ ਸੌ ਚ ਬਕਾਇਆ ਦੇ ਅੱਲਾ ਮਾਫ਼ੀ ਦੇ ਸੜਕ ਤੇ ਕਿੰਨੇ ਕਹਿਣਾ ਉਹਦੇ ਫੰਕਸ਼ਨ ਤੇ ਕਹਿੰਦੇ ਆ ਬਲੈਕ ਲੈ ਲਓ ਤੁਸੀਂ ਬਲੈਕ ਤੁਸੀਂ ਪਾਓਗੇ ਤੇ ਬਲੈਕ ਭਾਵੇਂ ਨਾ ਇਹ ਦੇਖ ਲਓ ਇਹ ਬੜੀ ਅੱਛਾ ਹੈ ਈਦ ਕਲੈਕਸ਼ਨ ਆ ਇਹ ਕਿਹੜਾ ਸਾਈਜ਼ ਆ ਅਹਿਮਦ ਇਹ ਹੈਗਾ ਜੀ ਸਮਾਲ ਆ ਜੀ ਸਮਾਲ ਨਹੀਂ ਹੈਗਾ ਉਹ ਤਾਂ ਹੈਲਦੀ ਆ ਅੱਲਾ ਮਾਫ਼ੀ ਦੇ ਸਿਹਤਮੰਦ ਦੀ ਕੀ ਗੱਲ ਟਰੱਕ ਨਾਲ ਵਿਆਹ ਕਰਾ ਲਿਆ ਨਹੀਂ ਨਹੀਂ ਉਹ ਤਾਂ ਚ ਕਾਫੀ ਆਪਣਾ ਅੱਜ ਇਸ ਤਰ੍ਹਾਂ ਦੇ ਸਾਹਿਬ ਬੈਠੇ ਆ ਜਿੱਦਾਂ ਉਹਨਾਂ ਦਾ ਫਿਜ਼ੀਕ ਵਾ ਹੈਲਦੀ ਆ ਦੇਖੋ ਲਾਰਜ ਕੱਢੋ ਜੀ ਲਾਰਜ ਆ ਲੈ ਲਾਰਜ ਆ ਆਜੂਗਾ ਐਕਸਲ ਵੀ ਮਿਲ ਜਾਏਗਾ ਨਹੀਂ ਨਹੀਂ ਐਕਸਲ ਤੇ ਨਹੀਂ ਏਡੇ ਵੀ ਹੈਲਦੀ ਨਹੀਂ ਗੇ ਸਮਾਰਟ ਵਾ ਬਸ ਨਾ ਥੋੜਾ ਤੁਹਾਨੂੰ ਵੇਖ ਕੇ ਫੁੱਲੇ ਹੋਣੇ ਉਹ ਜ਼ਾਹਰੀ ਬਾਤ ਆ ਜਿਹਦੀ ਬੀਵੀ ਇੰਨੀ ਵਾਇਰਲ ਹੋਵੇ ਉਹ ਅਗਲੇ ਨੇ ਤਾਂ ਫੁੱਲਣਾ ਹੀ ਆ ਹਾਂ ਸਹੀ ਗੱਲ ਬਲੈਕ ਚੋਂ ਇਲਾਵਾ ਹੋਰ ਕਿਹੜਾ ਵਾ ਕੋਈ ਹੋਰ ਆ ਦੇਖ ਇਹ ਜਿਹੜਾ ਦਿਖਾਓ ਜਰਾ ਵਾਈਟ ਮੈਂ ਇਹ ਬੋਸਕੀ ਕਲਰ ਹੈਗਾ ਸਾਡਾ ਇਹ ਲਾਰਜ ਸਾਈਜ਼ ਇਹ ਕਰੀਮ ਕਲਰ ਬੜਾ ਅੱਛਾ ਕੱਪੜਾ ਬਹੁਤ ਹਾਂ ਇਹ ਚੰਗਾ ਵਾ ਥੋੜਾ ਜਿਹਾ ਡਿਜ਼ਾਈਨਿੰਗ ਵੀ ਹੋਈ ਆ ਵਾ ਵਾ ਜਰਾ ਵਾਇਰਲ ਹੁੰਦਾ ਵਾ ਇਹ ਲਾਰਜ 'ਚ ਲੈਣਾ ਹਾਂ ਇਹ ਲਾਰਜ ਆ ਇਹ ਨਹੀਂ 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 ਇਹ ਤਾਂ ਸਮਾਲ ਆ ਹਾਂ ਆ ਇੱਕ ਲਾਰਜ 'ਚ ਕਰ ਦਵੋ ਤੇ ਹੋਰ ਕਿਹੜੇ ਕਲਰ ਆ ਇਹਨਾਂ ਦੇ ਵਿੱਚ ਅੱਗੇ ਕਲਰ ਹੀ ਲੱਗੇ ਤੂੰ ਕਲਰ ਬਲਾਈਂਡ ਆ ਦੇਖ ਲਾ ਅੱਗੇ
ਵੈਸੇ ਇੱਕ ਮੇਰੇ ਕਹਿਣ ਤੇ ਨਾ ਇਹ ਲਾ ਵੀ ਤੇਰੇ ਕਹਿਣ ਤੇ ਲੈ ਲਾ ਮੈਂ ਦੱਸ ਵੀ ਤੇਰਾ ਕਿਹੜਾ ਕਿੱਡਾ ਮੈਨੂੰ ਤੂੰ ਭਾਰ ਹੀ ਪਈ ਜਾਂਦਾ ਮੇਰੇ ਕਹਿਣ ਤੇ ਲੈ ਲਾ ਮੈਂ ਕਾਹਦੋਂ ਤੇਰੀ ਐਡੀ ਗੱਲ ਮੰਨਾ ਹੈ ਕੀ ਹੋਇਆ ਤੈਨੂੰ ਠੀਕ ਆ ਫਿਰ ਆਪਣੀ ਮੰਨ ਲਓ ਕੱਲ ਨੂੰ ਤੰਗ ਹੋਵੋਗੇ ਆ ਵੀ ਕਲਰ ਅੱਛਾ ਹਾਂ ਕਲਰ ਵੀ ਅੱਛਾ ਵਾ ਕਾਲਰ ਤੇ ਡਿਜ਼ਾਈਨ ਡਿਜ਼ੂਨ ਵੀ ਆ ਕਫ ਜਿਹੜਾ ਸਾਦੇ ਆ ਸਾਦੇ ਹੀ ਹੁੰਦੇ ਕਫ ਕਫ ਤੇ ਟੰਗ ਲੈਣੇ ਗਰਮੀਆਂ ਹੈਗੀਆਂ ਅੱਗੋਂ ਭਾਵੇਂ ਕੰਮ ਕੀ ਕਰਦੇ ਨਿਆਣੇ ਬੱਚਿਆਂ ਦੇ ਵੀ ਹੈ ਵਾ ਇੱਥੇ ਹਾਂਜੀ ਆ ਬੱਚਿਆਂ ਦੇ ਲੱਗੇ ਆ ਦੇਖ ਲਓ ਕਿੰਨੀ ਕਿੰਨੀ ਉਮਰ ਦੇ ਆ ਦੱਸੋ ਤੁਹਾਨੂੰ ਕੱਢਦੇ ਨੇ ਇਹ ਹਮਾਦ ਕਿੰਨੇ ਕਿਸੇ ਸਾਲ ਦੇ ਬੱਚੇ ਨੂੰ ਆ ਜੂਗਾ ਤੁਹਾਡੇ ਕਿਹੜੇ ਕਿਹੜੇ ਸਾਲ ਦੋ ਤੋਂ ਤਿੰਨ ਸਾਲ ਦੇ ਤਿੰਨ ਸਾਲ ਦੇ ਨੀ ਮੀਸਮ ਹੈਗਾ ਵਾ ਅੱਠ ਸਾਲ ਦਾ ਤੇ ਕਸੀਮ ਆਪਣਾ ਨਾ ਸੱਤ ਸਾਲ ਦਾ ਅੱਠ ਸਾਲ ਵਾਲੇ ਪਰਲੀ ਸਾਈਡ ਤੇ ਚੱਲ ਦੋ ਨਾ ਸੂਟ ਇੰਜ ਬੱਚਿਆਂ ਦੇ ਕੱਢ ਦੇ ਦੋ ਸੂਟ ਜਿਹੜੇ ਆ ਨਾ ਇੱਕ ਸਾਲ ਉਮਰ ਇੱਕ ਦੀ ਅੱਠ ਸਾਲ ਆ ਤੇ ਇੱਕ ਦੀ ਸੱਤ ਵਲਦ ਕੀ ਹੋਇਆ ਵੀ ਉਹਨਾਂ ਦਾ ਤੂੰ ਕਿਹੜਾ ਬੇਫਾਰਮ ਬਣਾਉਣਾ ਵਾ ਵੀ ਸੂਟ ਦੇਣਾ ਤੁਸੀਂ ਕੱਢ ਕੇ ਇੱਕ ਪਾਸੇ ਰੱਖ ਨਹੀਂ ਉਹ ਜ਼ਰਾ ਵਲਦ ਪਤਾ ਲੱਗ ਜਾਏ ਨਾ ਫਿਰ ਅੱਛੇ ਮਤਲਬ ਤੇ ਅਨਸਟਿਚ ਵੀ ਸੂਟ ਹੈਗੇ ਆਪਣੇ ਕੋਲ ਹਾਂਜੀ ਆ ਸਾਰਾ ਦੇਖੋ ਲੱਗਾ ਆ ਉੱਤੇ ਸਾਰਾ ਉਹੀ ਲੱਗਾ ਜੀ ਹਾਏ ਅੱਲਾ ਅੱਲਾ ਮਾਫੀ ਦੇਵੇ ਅੱਡੇ ਉਹ ਤਾੜੀ ਨਾ ਮਾਰ ਕੀ ਹੋਇਆ ਇੱਥੇ ਕੀ ਹੋ ਗਿਆ ਤਾੜੀ ਨਾ ਕੀ ਹੋ ਗਿਆ ਇੰਨੇ ਅੱਛੇ ਕਲਰ ਆ ਤੁਹਾਡੇ ਭਾਈ ਨੇ ਇੰਜ ਖੁਸ਼ ਹੋ ਜਾਣਾ ਵਾ ਇਹ ਤੇ ਉਦੋਂ ਹੀ ਹੋ ਗਿਆ ਸੀ ਜਿੱਦਣ ਤੇਰੇ ਨਾਲ ਵਿਆਹ ਕਰਾ ਲਿਆ ਉਹਨੇ ਆਹੋ ਵਿਆਹ ਹੀ ਹੁੰਦਾ ਸਾਡਾ ਵੀ ਇਹ ਜਿਹੜਾ ਕਲਰ ਹਮਾਦ ਕੱਢੀ ਜਿਹੜਾ ਹੈ ਚੋਇਸ ਤੇਰੀ ਅੱਛੀ ਹੈ ਨਾ ਕੋਟਨ ਲਗਾਓ ਨਾ ਲਗਾਓ ਮਰਜ਼ੀ ਤੂੰ ਕੱਲ ਕਹੇਗਾ ਇਹਨੂੰ ਸਵਾਓ ਨਾ ਸਵਾਓ ਤੁਹਾਡੀ ਮਰਜ਼ੀ ਆ ਏਦਾਂ ਲਵੇਟ ਲੈ ਮੇਰਾ ਘਰ ਵਾਲਾ ਸੂਟ ਉੱਤੋਂ ਤੇਰੇ ਕਹਿਣ ਤੇ ਮੈਂ ਅੱਲਾ ਮਾਫ਼ੀ ਦੇਵੇ ਮੈਂ ਸਾਰੇ ਕੰਮ ਛੱਡਦਾ ਰਿਸ਼ਤੇਦਾਰੀ ਆਪਣੀ ਛੱਡਦਾ ਗੁਰੂਆਂ ਨੂੰ ਛੱਡਦਾ ਤੇਰੀ ਮੰਨ ਲਵਾਂ ਪਹਿਲੇ ਮੈਂ ਹੈ ਇਹ ਕਿਹੜੀ ਗੱਲ ਹੋਈ ਮੇਰੇ ਤੋਂ ਬਾਅਦ ਮੇਰੀ ਮੰਨ ਲਵੇ ਭਾਵੇਂ ਲਈ ਇੱਕ ਚਿੱਟਾ ਵੀ ਲੈ ਲਓ ਟਾਈਮ ਦਾ ਕੋਈ ਪਤਾ ਨਹੀਂ ਕਿਉਂ ਚਿੱਟਾ ਲੈ ਲਾ ਅੱਲਾ ਸੁੱਖੀ ਸਾਂਦੀ ਉਹਦੀ ਲੰਮੀ ਉਮਰ ਕਰੇ ਵਾਈਟ ਸੂਟ ਅੱਛਾ ਲੱਗਦਾ ਮੈਸ਼ ਗੱਲਾਂ ਕਰਦਾ ਵਾਂ ਆ ਇੱਕ ਆ ਕੱਢ ਵੇ ਤੇਰਾ ਬਿਲੂ ਜਿਹਾ ਤੇ ਦੱਸੀ ਵੀ ਜਾਓ ਨਾ ਕਿਹੜਾ ਕਿਹੜਾ ਫਾਈਨਲ ਕਰਨਾ ਉਹ ਫਾਈਨਲ ਮੈਂ ਇੱਕ ਤੇ ਉਹ ਤੁਸੀਂ ਉਹ ਆਫ ਵਾਈਟ ਜਿਹੜਾ ਸਿਲਿਆ ਸੀ ਇੱਕ ਤੇ ਆਫ ਵਾਈਟ ਜਿਹੜਾ ਹੈ ਵਾ ਇਹਦੇ ਚ ਲਾਰਜ ਕੱਢਿਆ ਸੀ ਠੀਕ ਹੈ ਆ ਲਾਰਜ ਕੱਢ ਵੇ ਹਮਾਦ ਜਰਾ ਹੋਰ ਦੇਖ ਰਹੀ ਆ ਕਲਰ ਤੇ ਬੜਿਆ ਲੇਕਿਨ ਫਿਰ ਬਜਟ ਇਜਾਜ਼ਤ ਨੀ ਦਿੰਦਾ ਮੈਂ ਤੇ ਅਗਰ ਭਾਵੇਂ ਨੇ ਇਹ ਸੂਟ ਪਾਉਣਾ ਨਾ ਇਹਦੇ ਤੋਂ ਵੇਸਕੋਟ ਪਾਉਣਗੇ ਨਾ ਤੇ ਹੋਰ ਇੱਧਰ ਆਓ ਤੁਹਾਨੂੰ ਵੇਸਕੋਟ ਦਿਖਾਈਏ ਉਹ ਫੜ ਕੇ ਕਿਉਂ ਕਹਿੰਦੇ ਆ ਵੀ ਮੈਨੂੰ ਇੱਧਰ ਆਓ ਨਵੀਨੀ ਆ ਮੈਂ ਮੇਰੀਆਂ ਅੱਖਾਂ ਹੈ ਨੀ ਗੇ ਤੈਨੂੰ ਸ਼ਰਮ ਨੀ ਆਉਂਦੀ ਬਗਾਨੀ ਔਰਤਾਂ ਨੂੰ ਤੂੰ ਏਦਾਂ ਹੱਥ ਫੜਦਾ ਫੈਨ ਆ ਤੇ ਫਿਰ ਇੰਜ ਫਰੀ ਹੋਣਾ ਮੇਰੇ ਨਾਲ ਫੈਨ ਦੇਖੋ ਆਹ ਦੇਖੋ ਆਹ ਬਿਲੂ ਵੀ ਅੱਛੀ ਲੱਗੇਗੀ ਇਹਦੇ ਤੋਂ ਨਾ ਇਹ ਵੀ ਬਹੁਤ ਅੱਛੀ ਲੱਗੇਗੀ ਇਹ ਦੇਖੋ ਵੇ ਹਮਾਦ ਆ ਜਾ ਵੇ ਹਮਾਦ ਅੱਲਾ ਮਾਫੀ ਦੇਵੇ ਤੂੰ ਤਾਂ ਪਰੇ ਪਰੇ ਜਾਈ ਜਾਂਦਾ ਲੱਗਿਆ ਹਮਾਦ ਨੂੰ ਨਾਲ ਹੀ ਨਾ ਲੈ ਜੀ ਕਿਹੜਾ ਲਾਰਜ ਦੀ ਕਿਹੜੀ ਆ ਇਹਨਾਂ ਦੇ ਵਿੱਚ ਲਾਰਜ ਕੱਢ ਕੇ ਦਿਓ ਤੇਰਾ ਇਹੀ ਲਾਰਜ ਆ ਇਹ ਦੇਖੋ ਨਾ ਇਹ ਤਾਂ ਬਹੁਤ ਵਧੀਆ ਲੱਗਣਾ ਇਹਦੇ ਨਾ ਇਹ ਹਰ ਗੱਲ ਨਾ ਮੇਰੇ ਕਹਿਣ ਤੇ ਮੇਰੇ ਕਹਿਣ ਤੇ ਹੈ ਤੂੰ ਗੱਲ ਆ ਕਰਨ ਵਾਲੀ ਤੂੰ ਆਪਣਾ
ਡੀਲਿੰਗ ਕਰ ਤੂੰ ਸੇਲ ਮੈਨ ਵਾ ਕੇ ਤੂੰ ਪਰਸਨਲ ਹੋਇਆ ਵਾ ਹਰ ਗੱਲ ਨਾਲ ਕਹਿੰਦੀ ਮੇਰੀ ਮੰਨ ਲਾ ਮੇਰੀ ਮੰਨ ਲਾ ਤੇਰੀ ਕਿਉਂ ਮੰਨ ਲਾ ਮੈਂ ਹੈਂ ਘਰਦਿਆਂ ਦੀ ਮੰਨ ਲਾ ਚੱਲ ਹਾਂ ਮੈਂ ਆਨਲਾਈਨ ਪੈਸੇ ਭਜਾ ਦਾਂਗੀ ਮੈਂ ਨਹੀਂ ਤੇ ਹਾਰਡਵੇਅਰ ਪਰੇ ਮੈਂ ਡੀਲ ਕਰਨੀ ਲੋ